ਪੰਜਾਬ ਦੇ ਮਸ਼ਹੂਰ ਗਾਇਕ ਰਣਜੀਤ ਮਣੀ ਇੱਕ ਵਾਰ ਫਿਰ ਤੋਂ ਟੀਵੀ ਦੇ ਜ਼ਰੀਏ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਰਣਜੀਤ ਮਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣਾ ਨਵਾਂ ਗਾਣਾ ਪਿੰਡ ਵਾਲਾ ਮੋੜ ਆਪਣੇ ਦਰਸ਼ਕਾਂ ਲਈ ਮਾਰਕੀਟ ਵਿੱਚ ਲੈ ਕੇ ਆਏ ਹਨ ਅਤੇ ਇਸ ਦੌਰਾਨ ਰਣਜੀਤ ਮਣੀ ਨੇ ਨਵੇਂ ਗਾਣੇ ਨੂੰ ਗੁਣਗੁਣਾਇਆ ਵੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਰਣਜੀਤ ਮਣੀ। ਅੱਜ ਕਾਫੀ ਦੇਰ ਤੋਂ ਬਾਅਦ ਜਾਣੀ ਕਿ ਗਾਣੇ ਪਹਿਲਾਂ ਵੀ ਰਿਲੀਜ਼ ਕੀਤੇ, ਪਰ ਜਿਹੜਾ ਇਹ ਗਾਣਾ ਹੈ ਬਹੁਤ ਵਧੀਆ ਢੰਗ ਦੇ ਨਾਲ, ਬਹੁਤ ਹੀ ਅੱਛਾ, ਜੋ ਮੇਰੀ ਰੂਹ ਦੀ ਖੁਰਾਕ ਹੈ, ਮੇਰੀ ਪਸੰਦ ਦਾ ਗਾਣਾ ਹੈ। ਸਾਡੀ ਬਹੁਤ ਹੀ ਅੱਛੀ ਪੈਰੀਟੋਨ ਮਿਊਜ਼ਿਕ ਕੰਪਨੀ, ਜਿਹਦੇ ਵਿੱਚੋਂ ਪਹਿਲਾਂ ਮੇਰੀ ਕੈਸਟ ਆਈ ਸੀ ਤੇਰੇ ਵਿਆਹ ਦਾ ਕਾਰਡ, ਸੁਪਰ ਡੁਪਰ ਹਿੱਟ ਕੈਸਟ, ਜਿਹਨੂੰ ਤੁਸੀਂ ਬੜਾ ਪਿਆਰ ਦਿੱਤਾ। ਹੁਣ ਫਿਰ ਸਾਡੇ ਨਿਰਮਲ ਸਿੰਘ ਜੀ ਪੈਰੀਟੋਨ ਮਿਊਜ਼ਿਕ ਕੰਪਨੀ ਤੋਂ ਇੱਕ ਨਵਾਂ ਗੀਤ ਪਿੰਡ ਵਾਲਾ ਮੋੜ ਲੈ ਕੇ ਹਾਜ਼ਰ ਨੇ। ਬੜੇ ਅੱਛੇ ਢੰਗ ਨਾਲ ਇਹਨੇ ਰਿਲੀਜ਼ ਕੀਤਾ, ਬਹੁਤ ਅੱਛੀ ਵੀਡੀਓ ਬਣਾਈ ਹੈ ਲੰਕੇਸ਼ ਜੀ ਨੇ, ਇਹਦਾ ਮਿਊਜ਼ਿਕ ਹੈ ਲੰਕੇਸ਼ ਜੀ ਦਾ, ਔਰ ਕਮਲ ਦਰਾਵੜ ਜੀ ਨੇ ਇਸਦਾ ਵੀਡੀਓ ਕੀਤਾ, ਔਰ ਪ੍ਰੋਡਿਊਸਰ ਸਾਡੇ ਨੇ ਆਪਣੇ ਨਿਰਮਲ ਸਿੰਘ ਜੀ, ਔਰ ਗਾਇਆ ਤੁਹਾਡੇ ਵਿੱਚ ਛੋਟੇ ਵੀਰ ਨੇ ਰਣਜੀਤ ਮਣੀ ਨੇ, ਔਰ ਸਾਡੇ ਨਾਲ ਪਵਨ ਦਿਵਾਨ ਜੀ, ਸਾਡੇ ਜਵਦੀ ਸਾਹਿਬ ਅੱਗੇ ਆਜੋ ਜੀ, ਜਿਹਨਾਂ ਦਾ ਬੜਾ ਸ਼ੂਟਿੰਗ ਤਕਰੀਬਨ ਇਹਦੀ ਹੋਈ ਜੀ ਸਾਰੀ ਬਾਰਡਰ ਦੇ ਉੱਤੇ ਫਿਰੋਜ਼ਪੁਰ ਜੀ। ਹਾਂਜੀ, ਮੇਨ ਖਾਸ ਸੌਂਗ ਦਾ ਕੀ ਮੋਟਿਵ ਹੈ, ਮੇਨ ਕੀ ਪਿੰਡ ਵਾਲਾ ਮੋੜਾ ਮੇਰਾ, ਜਿਸ ਤਰ੍ਹਾਂ ਲੋਕਾਂ ਨੇ ਪੁਰਾਣੇ ਗੀਤ ਬਹੁਤ ਜ਼ਿਆਦਾ ਪਿਆਰ ਕੀਤਾ ਹੈ, ਖਾਸ ਤੌਰ ਸੈਡ ਸੌਂਗ ਨੂੰ, ਸੋ ਮੈਂ ਇੱਕ ਵਾਰ ਫਿਰ ਕੁਝ ਸਰੋਤਾਂ ਇੱਕ ਚਾਹੀਦੀ ਸੈਡ ਸੌਂਗ ਦਿੱਤਾ ਅਤੇ ਬਹੁਤ ਪਸੰਦ ਕਰ ਰਹੇ ਨੇ, ਮੇਰੇ ਖਿਆਲ 60,000 ਦੇ ਨੇੜੇ ਵਿਊਰ ਹੋ ਗਏ ਨੇ ਇਹਦੇ, ਅਤੇ ਮੈਂ ਉਮੀਦ ਕਰਦਾ ਕਿ ਇਸ ਗਾਣੇ ਨੂੰ ਹੋਰ ਲੱਖਾਂ ਨਹੀਂ ਮਿਲੀਅਨ ਦੇ ਵਿੱਚ ਲੋਕ ਲਾਈਕ ਕਰਨਗੇ। ਸੋ ਮੈਂ ਇਹਦੀਆਂ ਦੋ ਲਾਈਨਾਂ ਤੁਹਾਡੇ ਨਾਲ ਕਰੂੰਗਾ। ਭਾਵੇਂ ਕਈ ਸਾਲ ਹੋ ਗਏ ਅਸੀਂ ਮਿਲੇ ਨਹੀਂ ਸੀ ਦੋਵੇਂ, ਅੱਲੇ ਜ਼ਖਮ ਦੁਖਾ ਗਿਆ ਉਹ ਚੰਦਰਾ, ਕੱਲ ਚਿਰਾਂ ਬਾਅਦ ਮਿਲ ਗਿਆ ਪਿੰਡ ਵਾਲੇ ਮੋੜ ਤੇ, ਕੱਲ ਚਿਰਾਂ ਬਾਅਦ ਮਿਲ ਗਿਆ ਪਿੰਡ ਵਾਲੇ ਮੋੜ ਤੇ, ਹਾਲ ਪੁੱਛ ਕੇ ਰਵਾ ਗਿਆ ਉਹ ਚੰਦਰਾ। ਟਿੰਕੂ ਦੀ ਰਿਪੋਰਟ, KDT ਨਿਊਜ਼, ਲੁਧਿਆਣਾ। ਸਾਰੇ ਸਰੋਤਾਂ ਨੂੰ, ਸਾਰੇ ਦੋਸਤਾਂ ਨੂੰ ਪੁਰਜ਼ੋਰ ਅਪੀਲ ਕਰੂੰਗਾ ਕਿ ਇਸ ਗਾਣੇ ਨੂੰ, ਮੇਰੀ ਸੈਡ ਸੌਂਗ ਨੂੰ ਵੱਧ ਤੋਂ ਵੱਧ ਲਾਈਕ ਕਰਨਾ, ਵੱਧ ਤੋਂ ਵੱਧ ਸ਼ੇਅਰ ਕਰਨਾ। ਥੈਂਕ ਯੂ।